ਜੀਓ ਗੱਜ ਕੇ ਜੈਕਾਰਾ ਬੁਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਇੱਥੇ ਬੈਠੇ ਜਿੰਨੇ ਹੀ ਸਾਜ ਸੰਤ ਸਮਾਜ ਤੋਂ ਆਏ ਸਾਡੇ ਮਹਾਂਪੁਰਸ਼, ਉਹਨਾਂ ਨੇ ਜੋ ਅਗਵਾਈ ਕੀਤੀ ਹੈ ਇਹ ਫਤਿਹ ਮਾਰਚ ਦੀ, ਵਪਾਰ ਮੰਡਲ ਨੇ ਖਿੜੇ ਹੱਥੀ ਇਹਨਾਂ ਨੂੰ ਖਿੜੇ ਮੱਥੀ ਦਿਲੋਂ ਖੋਲ੍ਹ ਕੇ ਇਹਨਾਂ ਨੇ ਹਾਂ ਦਾ ਨਾਰਾ ਲਾਇਆ, ਅਤੇ ਪਹਿਲੇ ਦਿਨ ਤੋਂ ਵਪਾਰੀ ਜਿਹੜੇ ਆ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਸੀਗੇ, ਚਾਹੇ ਉਹ ਕਦੇ ਬੰਦ ਦੀ ਕਾਲ ਹੋਵੇ ਅਤੇ ਚਾਹੇ ਕਿਸੇ ਕਿਸਮ ਦਾ ਵੀ ਕੋਈ ਵੀ ਸੱਦਾ ਹੋਵੇ। ਮੈਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਤੋਂ ਆਸ਼ਵਾਸਨ ਦੇਣ ਆਇਆ, ਤੁਹਾਡਾ ਸਾਥ ਦੇਣ ਆਇਆ, ਔਰ ਤੁਹਾਨੂੰ ਇਹ ਪੱਕਾ ਵਾਅਦਾ ਕਰਨ ਆਇਆ ਕਿ ਵਪਾਰ ਮੰਡਲ ਵਪਾਰੀ ਕੋਈ ਵੀ ਹੋਵੇ, ਕਿਸੇ ਵੀ ਲੈਵਲ 'ਤੇ ਹੋਵੇ, ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ, ਮੋਢੇ ਨਾਲ ਮੋਢਾ ਲਾ ਕੇ ਖੜੂਗਾ। ਮੋਢੇ ਨਾਲ ਮੋਢਾ ਲਾ ਕੇ ਖੜ੍ਹਨਾ ਬਹੁਤ ਦੂਰ ਦੀ ਗੱਲ ਹੈ, ਜੇ ਜਾਨ ਦੇਣ ਦੀ ਲੋੜ ਪਈ ਵੀ ਤਾਂ ਵੀ ਤੁਹਾਡੇ ਵਪਾਰੀਆਂ ਨੇ ਕਦੇ ਵੀ ਕਦੇ ਪਿੱਛੇ ਨਹੀਂ ਹਟੂਗਾ। ਜ਼ਾਲਮ ਸਰਕਾਰਾਂ ਵੱਲੋਂ ਬਹੁਤ ਵਾਰੀ ਰੌਲਾ ਪਾਇਆ ਗਿਆ ਕਿ ਵਪਾਰੀ ਅੱਡ ਹੈ ਜੀ, ਇਹ ਤਾਂ ਆੜਤੀ ਹੈ ਜੀ, ਇਹ ਤਾਂ ਦਲਾਲ ਹੈ ਜੀ। ਮੈਂ ਪਿੱਛੇ ਵੀ ਮੀਡੀਆ ਦੇ ਵਿੱਚ ਬਹੁਤ ਵੱਡਾ ਇੱਕ ਇਸ ਇਹਨਾਂ ਲੋਕਾਂ ਨੂੰ ਬਿਆਨ ਦਿੱਤਾ ਸੀਗਾ ਵੀ ਜਿੱਦਣ ਤੁਸੀਂ ਵੋਟਾਂ ਮੰਗਣ ਆਓਗੇ ਅਸੀਂ ਆੜਤੀਏ ਭਾਈ ਹੋਈਏ ਚਾਹੇ ਵਪਾਰੀ ਭਾਈ ਹੋਈਏ, ਤੁਹਾਨੂੰ ਉੱਦਣ ਪੁੱਛਾਂਗੇ ਕਿ ਵਿਚੋਲੇ ਕੀ ਹੁੰਦੇ ਹੈ, ਉੱਦਣ ਤੁਹਾਨੂੰ ਗੱਲ ਦਾ ਜਵਾਬ ਦੱਸਣਾ ਪਊਗਾ ਵੀ ਕਿਹੜੇ ਵਿਚੋਲੀਏ, ਕਿਹੜੇ ਜਿਹੜੇ ਮਾੜੇ ਬੰਦੇ ਆ ਜਿਹੜੇ ਇਹਨਾਂ ਦੇ ਵਿੱਚ ਬੈਠੇ ਹੈ। ਇਹ ਚੀਜ਼ਾਂ ਦਾ ਅੱਡ ਅੱਡ ਭਾਸ਼ਣ ਦੇ ਕੇ ਅੱਡ ਅੱਡ ਟੋਪੀਆਂ ਪਵਾ ਕੇ ਸਾਡੇ ਇਸ ਵਿਰਖੇ ਨੂੰ ਇਹ ਲੋਕ ਖਰਾਬ ਕਰਨਾ ਚਾਹੁੰਦੇ ਹੈ, ਪਰ ਇਹ ਮੈਂ ਗਰੰਟੀ ਨਾਲ ਕਹਿ ਰਿਹਾ ਕਿ ਚਾਹੇ ਹਿੰਦੂ ਹੋਵੇ ਚਾਹੇ ਸਿੱਖ ਹੋਵੇ, ਇਹਦਾ ਕੋਈ ਮਕਸਦ ਨਹੀਂ ਹੈ, ਕੋਈ ਮਤਲਬ ਨਹੀਂ ਹੈ। ਅਸੀਂ ਭਾਈਚਾਰਾ ਨਿਭਾਉਣਾ ਜਾਣਦੇ ਹਾਂ, ਸਦੀਆਂ ਤੋਂ ਭਾਈਚਾਰਾ ਨਿਭਿਆ ਆ ਰਿਹਾ। ਸਾਡੇ ਸੰਤ ਸਮਾਜ ਨੇ ਹਮੇਸ਼ਾ ਇੱਕੋ ਗੱਲ ਹੀ ਸਿਖਾਈ ਹੈ, ਪੀਰਾਂ ਫਕੀਰਾਂ ਦੀ ਧਰਤੀ 'ਤੇ ਇੱਕੋ ਗੱਲ ਹੀ ਸਿੱਖੀ ਹੈ ਕਿ ਸਾਨੂੰ ਜੋ ਵੀ ਕੋਈ ਬਾਹਰੋਂ ਆ ਜਾਂਦਾ ਤਾਂ ਅਸੀਂ ਵੰਡ ਕੇ ਚੱਕਦੇ ਹਾਂ। ਅਤੇ ਇਹ ਗੁਜਰਾਤੀਆਂ ਬੰਦਿਆਂ ਨੂੰ ਜਿਹੜੇ ਹਾਕਮ ਜਿਹੜੇ ਗੁਜਰਾਤੀ ਸਾਡੇ ਦੇ ਉੱਤੇ ਲੱਗੇ ਹੈ, ਇਹਨਾਂ ਨੂੰ ਇਕੱਲਾ ਵਪਾਰ ਕਰਨਾ ਆਉਂਦਾ, ਇਸ ਤੋਂ ਬਿਨਾਂ ਇਹਨਾਂ ਨੂੰ ਕੋਈ ਪਤਾ ਨਹੀਂ। ਇਹਨਾਂ ਨੂੰ ਪਤਾ ਨਹੀਂ ਕਿ ਜਿਹੜੇ ਵੰਡ ਕੇ ਛੱਕਣ ਵਾਲੇ ਬੰਦੇ ਹੁੰਦੇ ਆ ਉਹ ਕਦੇ ਵਪਾਰ ਦੇ ਘਾਟੇ ਵਾਧੇ ਬਾਅਦ 'ਚ ਦੇਖਦੇ ਆ, ਘਾਟੇ ਲਾਣੇ ਪਹਿਲੇ ਯਾਦ ਰੱਖਦੇ ਆ ਜਿਹੜੇ ਬੰਦੇ ਇਹਨਾਂ ਨਾਲ ਧੱਕਾ ਕਰਦੇ ਆ। ਔਰ ਇਸ ਚੀਜ਼ ਦੇ ਵਿੱਚ ਅਸੀਂ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ, ਮੋਢੇ ਨਾਲ ਮੋਢਾ ਲਾ ਕੇ। ਆਹ ਹੁਣ ਦੂਸਰੇ ਪਾਸੇ ਤੁਹਾਨੂੰ ਸ਼ਾਇਦ ਹੋ ਸਕਦਾ ਅੱਜ ਜਾਂ ਕੱਲ੍ਹ ਦੁਬਾਰਾ ਖਬਰ ਆਜੂਗੀ, ਜਿਹੜੇ ਆਪਾਂ ਪੰਜਾਬ ਦੇ ਵਿੱਚੋਂ ਇਹਨਾਂ ਦੇ ਮੋਲ ਭਜਾਏ ਸੀਗੇ ਤੁਸੀਂ ਲੋਕਾਂ ਨੇ, ਇਹ ਲੋਕਾਂ ਦਾ ਇਹ ਸਰਕਾਰਾਂ ਦੇ ਮੋਲ ਦੇ ਕਲਚਰ ਨਾਲ ਸਾਡੇ ਜਿੰਨੇ ਵੀ ਛੋਟੇ ਦੁਕਾਨਦਾਰ ਸੀਗੇ ਜਮ੍ਹਾਂ ਬਰਬਾਦ ਹੋ ਚੁੱਕੇ ਸੀਗੇ। ਅੱਜ ਉਹਨਾਂ ਲੋਕਾਂ ਦੇ ਘਰੇ ਬੱਚਿਆਂ ਨੂੰ ਜਾਂ ਪਾਲਣਾ ਰੋਟੀ ਖਾਣਾ ਉਹਨਾਂ ਵਾਸਤੇ ਬਹੁਤ ਔਖਾ ਹੋ ਗਿਆ ਸੀਗਾ, ਅੱਜ ਗਲੀਆਂ ਮੁਹੱਲੇ ਬਾਜ਼ਾਰਾਂ ਦੀਆਂ ਰੌਣਕਾਂ ਜਮ੍ਹਾਂ ਖਤਮ ਹੋ ਗਈਆਂ ਸੀਗੀਆਂ। ਪਰ ਜਦੋਂ ਉਹ ਮੋਲ ਬੰਦ ਹੋਣੇ ਸ਼ੁਰੂ ਹੋਏ, ਜਦੋਂ ਉਹਨਾਂ ਨੇ ਉੱਤੇ ਥੋੜ੍ਹਾ ਮੋਟਾ ਆਪਣਾ ਕਹਿੰਦੇ ਰੋਕ ਲਾਉਣੀ ਸ਼ੁਰੂ ਹੋਈ ਹੈ, ਉਦੋਂ ਬਾਅਦ ਥੋੜ੍ਹੀ ਮੋਟੀ ਬਾਜ਼ਾਰਾਂ ਦੇ ਵਿੱਚ ਰੌਣਕ ਆਉਣੀ ਸ਼ੁਰੂ ਹੋਈ ਸੀਗੀ। ਪਰ ਇਹਨਾਂ ਲੋਕਾਂ ਨੇ ਅਲੱਗ ਅਲੱਗ ਜਿਹੜੇ ਹੈ ਉਹ ਕਹਿੰਦੇ ਨਾ ਭੇਦਭਾਵ ਦਿਖਾਉਣ ਕੇ ਲੋਕਾਂ ਦਾ ਫਿਰ ਦੁਬਾਰਾ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਮੈਂ ਕੱਲ੍ਹ ਹੀ ਖਬਰ ਦੇਖ ਰਿਹਾ ਸੀਗਾ ਜੰਮੂ ਐਂਡ ਕਸ਼ਮੀਰ ਦੇ ਵਿੱਚ ਇਹਨਾਂ ਨੇ ਰਿਲਾਇੰਸ ਦੇ ਸਟੋਰ ਖੁਲਵਾਉਣੇ ਸ਼ੁਰੂ ਕਰਤੇ ਹੈ, ਜਿਹੜੀ 200 ਰੁਪਈਆਂ ਦੀ ਤੇਲ ਦੀ ਬੋਤਲ ਆ 50 ਰੁਪਈਏ ਦੀ ਦੇਣੀ ਸ਼ੁਰੂ ਕਰਤੀ ਰਿਲਾਇੰਸ ਵਾਲੇ ਨੇ। ਜਿਵੇਂ ਮੋਬਾਈਲ ਇਹਨਾਂ ਨੇ ਫ੍ਰੀ ਵੰਡੇ ਸੀਗੇ ਉਵੇਂ 50 ਰੁਪਈਆਂ ਵਾਲੀ ਚੱਪਲ ਇਹਨਾਂ ਨੇ 5 ਰੁਪਈਏ ਦੀ ਦੇਣੀ ਸ਼ੁਰੂ ਕਰਤੀ। ਜਿਹੜਾ 50 ਰੁਪਏ ਦਾ ਕੰਘਾ ਹੈ ਜਾਂ 10 ਰੁਪਏ ਦਾ ਕੰਘਾ 1 ਰੁਪਏ ਦਾ, 10 ਰੁਪਇਆ ਦਾ ਜਿਹੜਾ ਮੋਲ ਆਪਣਾ ਜਿਹੜਾ ਆਪਾਂ ਮਾਸਕ ਹੁੰਦਾ ਉਹ 1 ਰੁਪਏ ਦੇ ਰਿਹਾ। ਇਹ ਚੀਜ਼ਾਂ 'ਤੇ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਤਾਂ ਇਹਨਾਂ ਗਰੀਬਾਂ ਦਾ ਭਲਾ ਕਰਨਾ ਚਾਹੁੰਦੇ ਹਾਂ, ਲੇਕਿਨ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਪਹਿਲੇ ਸਾਡੇ ਸਾਰੇ ਪੰਜਾਬੀ ਭਾਈਚਾਰਾ ਛੱਡੋ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਸਭ ਪਤਾ ਕਿ ਪਹਿਲੇ ਜਿਹੜੇ ਰਿਲਾਇੰਸ ਵਾਲੇ ਨੇ ਫ੍ਰੀ ਮੋਬਾਈਲ ਵੰਡੇ ਸੀ, ਉਦੋਂ ਬਾਅਦ ਇਹਨਾਂ ਨੇ ਕੀ ਹਾਲ ਕੀਤਾ ਆਪਣੇ ਲੋਕਾਂ ਦਾ। ਔਰ ਇੱਥੇ ਇਹੀ ਚੀਜ਼ ਹੈ ਵਪਾਰੀਆਂ ਨੂੰ ਪਾੜਨਾ ਚਾਹੁੰਦੇ ਆ, ਅੱਜ ਇਹ ਦਿਖਾਉਣਾ ਚਾਹੁੰਦੇ ਆ ਕਿ ਅਸੀਂ ਆਹ ਦੂਜੇ ਵਪਾਰੀਆਂ ਨਾਲ ਲੜ ਰਹੇ ਹਾਂ ਜਾਂ ਇਹਨਾਂ ਨਾਲ ਲੜ ਰਹੇ ਹਾਂ, ਇਹ ਅੱਡ ਅੱਡ ਟੋਪੀਆਂ ਪਵਾ ਕੇ ਸਾਨੂੰ ਲੜਾਉਣ ਦੀ ਕੋਸ਼ਿਸ਼ ਕਰਨਗੇ। ਪਰ ਮੈਂ ਤੁਹਾਨੂੰ ਇਹ ਇੱਕੋ ਚੀਜ਼ ਦਾ ਆਸ਼ਵਾਸਨ ਦੇਣ ਆਇਆ, ਇੱਥੇ ਜਦੋਂ ਵੀ ਸਾਡੀ ਲੋੜ ਪਊਗੀ, ਜਦੋਂ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ, ਅਸੀਂ ਖੜ੍ਹੇ ਹਾਂ, ਖੜ੍ਹਦੇ ਰਹਾਂਗੇ। ਕੋਈ ਵੀ ਵਪਾਰੀ ਹੋਵੇ, ਚਾਹੇ ਕੋਈ ਆੜਤੀਆ ਹੋਵੇ, ਕੋਈ ਚੋਈ ਕਿਸੇ ਕਿਸਮ ਦਾ ਵੀ ਵਪਾਰੀ ਹੋਵੇ, ਸਾਡਾ ਕਿਸਾਨਾਂ ਨਾਲ ਸਿੱਧਾ 9 ਮਾਸ ਦਾ ਰਿਸ਼ਤਾ ਹੈ। ਜੇ ਵਪਾਰੀ ਹੋਊਗਾ ਤਾਂ ਕਿਸਾਨ ਹੋਊਗਾ, ਕਿਸਾਨ ਹੋਊਗਾ ਤਾਂ ਮਜ਼ਦੂਰ ਹੋਊਗਾ, ਮਜ਼ਦੂਰ ਹੋਊਗਾ ਤਾਂ ਕਿਸਾਨ ਆਪਣੇ ਵਪਾਰੀ ਕੋਲ ਜਾਊਗਾ। ਜਦ ਤੱਕ ਇਹ ਸਿਸਟਮ ਆਪਸ ਵਿੱਚ ਨਹੀਂ ਘੁੰਮੂਗਾ ਤਾਂ ਅਸੀਂ ਲੋਕ ਜਿਹੜੇ ਆ ਆਪਣੇ ਕੰਮ ਦੇ ਵਿੱਚ ਚਾਹੇ ਕਿਸੇ ਵੀ ਕੰਮ 'ਚ ਹਾਂ, ਚਾਹੇ ਖੇਤੀ ਦੇ ਕੰਮ 'ਚ ਹਾਂ, ਚਾਹੇ ਵਪਾਰੀ ਹਾਂ ਅਤੇ ਚਾਹੇ ਆੜਤੀ ਹੈ, ਹਰ ਕੰਮ ਦੇ ਵਿੱਚ ਅਸੀਂ ਫੇਲ ਹੈ। ਇਸ ਕਰਕੇ ਮੈਂ ਤੁਹਾਨੂੰ ਇਹੀ ਆਸ਼ਵਾਸਨ ਦੇ ਰਿਹਾ,
आने वाली 27 तरीक नूं साडे वल्लों प्रैसां दे विच नोटिस पहले आलरेडी मीडिया दे विच दे चुके हां असीं। 27 तरीक नूं जिस तरह पहले चाह दा खोखा भी नहीं लगदा हुंदा सी बाजार दे विच, उस तरह ही लगेगा तुहानूं, उस तरह ही बाजार पूरा पूरा बंद मिलेगा। और असीं लोग हर बंदे नूं यही गुजारिश कर रहे हैं कि असीं यह शांतिपूर्वक जिहड़ा है एक सिस्टम रखना है, और असीं जिहड़ा है किसानां नूं बदनाम कि जिहड़े लोग जिहड़े बंद अलग तरह के बदनाम करन तों लगे पए है, असीं इहनां नूं दिखाउणा है कि एक साल तों जिहड़ा इह जत्था चल रहा है, एक साल तो जिहड़ा धरना हो रहा है, ये चीज़ के जो अज तक नहीं कोई प्रॉब्लम आई तो हूँ दो दिन के चार दिन की प्रॉब्लम आ गई होगी। आ पिछे मैं संत समाज के नाल दो चार बारी मैं किसी स्टेजा पर जिवें जगराऊं भी नानकसर जाना पै गया, भाई गोन्याणा साहब के अपने गुरद्वारा जोड़े है सतवीं पातशाही उत्थे जाने का मौका मिले, तो उत्थे भी इन लोगों के जोड़े CID के बंदे मेरे को दुकाना से आया के पुछण लग गए कि कपूर साहब थोड़ा की रोड़ा है इन्हों, तुम किमें इन आ गए। तो मैं उन्होंने एको गल कहती सी कि जेड़े बंदे नूं तुसी पुछण आए हो तुसी इन्हां नाल किवें आ गए, मैं कहा सानू तो शर्म आती है भी कम साडा हो रहा तो बैठे वो लोग है उत्थे दुकान धरने ते बोले सोनेहाल। वो कहिंदे ना जिहड़ी सिक्खी दे विच जिहड़ा खून हुंदा ना वो रग रग जिहड़ा खून रग दे विच जिहड़ा खून वसदा हुंदा है उहनूं कहिण दी लोड़ नहीं हुंदी। इन्हां लोकां नूं पहले ही पता लग गया सीगा कि वड्डे मोल जिहड़े आ जाणगे, पर असी लोकां ने साडी यूनिटी नहीं ज़्यादा काम कर सकी, चाहे नोटबंदी होवे ते चाहे अपना तुहाडा वैट दा टाइम होवे ते चाहे आ मोलाना सिस्टम होवे, असी बहुत जोर लाया सी, बहुत अपने वल्लों गुजारिश कीती सी भी इह कानून ना लगन, पर असी उहदे विच ना कामयाब रहे सीगे। लेकिन यह जरूर सीगा कि असी उहनां नूं अज तक भी यही कह रहे सीगे भी जदों भी तुसी इहो जिहा कानून लाओगे असी तुहाडी निखेधी करांगे, निंदा करांगे और हर मोर्चे ते तुहाडी करदे रहांगे। पर यह परमात्मा ने एक ऐसा युग दोबारा चलाया है, हो सकता है किसान जिहड़ा धरना हैगा अपने अड्ड अड्ड धर्मां दे विच जिहड़े आपां अड्ड अड्ड जिहड़े वोटां टोपियां पवा के जिहड़े लड़ा रखे सी इन्हां ने लोग, हो सकता है इसे बहाने साडा दोबारा यही विरसा दोबारा जीवित हो जाए इसे किसानी मोर्चे करके। और मैनूं पूरी आस है कि हुण जिस तरह के आपां देखदे हैं कि हर बंदे दे विच एक नवा उत्साह है, चाहे वह आड़ती है, चाहे किसान है, चाहे बाणी है, चाहे कोई भी है, चाहे भैणां साडियां, चाहे मावां, और यही साडा जिहड़ा आपसदारी का मिलन वर्तन वाला सुभाव साडा हैगा, यही साडे वाहेगुरु सच्चे पातशाह मेहर करनगे साडे संत समाज के। वो कहंदे ने जदों सानू सारे पासों आस खत्म हो जाती है। वैसे तुहाडे अगे मैं क्लीयर कर दां कि असी सरकार दे इस माड़े रोस पिछे छेवां पे कमीशन जिहड़ा इन्हां ने लाया सीगा, तुहाडे दास ने बठिंडे तो अमृतसर साहब वास्ते पैदल यात्रा की सी पिछले महीने, और 6 दिनों के असी पैदल मार्च करके अमृतसर गुरुद्वारा साहब गए सीगे, और तुहाडे लोगों का इन्ना सहयोग मिलिया सी, इन्ना साथ मिलिया सीगा, इन्ना वध के प्यार मिलिया सीगा। और अज तक भी मेरे ख्याल च मैं जो असी गोन्याणा भी नहीं टप्पे सी बठिंडे 20-15 किलोमीटर है तो साडे पैरों च छाले पैने शुरू हो गए सीगे, क्योंकि अज तक कदे इन्ना तुरे फिरे नहीं, सवेरे सैर करी तो घर आ गए, पर उत्थे जा के जो लोगों का प्यार देखा, जो लोगों ने इन्ना एक सानू हत्थां दे चक लिया, तो उस तो बाद सानू पता लग्या कि आपसदारी का आपस का मेल की हुंदा है, प्यार की हुंदा है, एक दूजे नूं बंध के छकना की हुंदा है। और ये चीज़ां देखते हुए असी तुहाडे नाल फिर तो मैं थोड़ा एक बार फिर दोबारा यही गल कहना चाहना कि साड़ी कदे भी लोड़ पवे पंजाब प्रदेश व्यापार मंडल थोनू पूरा मोड़े ना मोड़ा ला के खड़ूगा किसी तरह की भी कदों भी। मेरे गुरदीप सिंह जी साढ़े अपने बठिंडा तो जोड़े है यूनाइटेड अकाली दल के प्रधान, उन्होंने मेरी ड्यूटी लाई सी मेरे दास नूं, लखा सिंह जी बैठे है, संत बाबा लखा सिंह जी, संत बाबा सेवा सिंह जी, संत बाबा जसवीर सिंह जी, इन्हां लोगों के मैं सॉरी के सारे के नाम नहीं लै सकूँगा, इन्हां लोगों का मैनू इन्ना एक वधिया इस महीने के अंदर इन्ना क प्यार मिले, मैं सारी जिंदगी मेरे आने वाली पीढ़ियां भी इन्हों कदे भी इन्हों कहना ऋण वापस नहीं कर सकता। और मैं इस दास की चाहे इस जत्थे करके जो मर्जी तुम मरण वर्ता से कहो मैं सब तो पहला बंदा हूँगा इतने गा के खड़ूंगा। मैं अपने सोनेहाल मैं थोड़े अगे इको गल कहनी चाहना कि जो भी कदे भी किसी पर भी लोड़ पैंदी है दूजे बंदे की वेट बाद च करियो, एक बार दास नूं आवाज मार के देख लियो, उस तो बाद तुसी अपने वार करियो। इन्ना ही कहिंदा होया मैं तुहाडे वास्ते एक बारी नारा लाऊंगा, वाहेगुरु जी का खालसा वाहेगुरु जी की फतेह। बोले